ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਬੇਦਵੀ ਮਾਮਲੇ ਵਿੱਚ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ 4 ਦਿਨ ਦੇ ਰਿਮਾਰਡ ਤੇ ਪੇਜਾ ਸੀਗਾ ਅਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਪਹਿਲਾ ਪਹਿਲੀ ਵਾਰ ਉਹਨਾਂ ਦੇ ਪਰਿਵਾਰ ਜੋ ਨੇ ਉਹ ਮੀਡੀਆ ਦੇ ਸਾਹਮਣੇ ਆਏ ਨੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਬਜੀ ਤੁਹਾਡਾ ਨਾਮ ਕੀ ਹਰਦੀਪ ਸਿੰਘ ਜੀ ਹਰਦੀਪ ਜੀ ਕਿਉਂ ਲੋੜ ਪਈ ਹੁਣ ਮੀਡੀਆ ਸਾਹਮਣੇ ਆਣ ਦੀ ਹਾਲਾਂਕਿ ਗ੍ਰਿਫਤਾਰੀਆਂ ਤਾਂ ਪਹਿਲੇ ਵੀ ਹੋਈਆਂ ਸੀਗੀਆਂ ਮਾਜੇਸਤਰਾ ਸਾਨੂੰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਰਵੱਈਆ ਜਿਹੜਾ ਉਹਨਾਂ ਦਾ ਜਿਹੜਾ ਸਾਡੇ ਜਿਹੜੇ ਸਾਡੇ ਪਰਿਵਾਰਦਿਆਂ ਨੂੰ ਜਿਹੜਾ ਚੱਕ ਕੇ ਲਗਾਇਆ ਉਹਨਾਂ ਤੇ ਮਨੁੱਖੀ ਜਿਹੜਾ ਤਸ਼ੱਦਦ ਕਰਨਾ ਤੇ ਉਹ ਇੱਥੋਂ ਤੱਕ ਵੀ ਉਹ ਇਹਨਾਂ ਨੂੰ ਮਤਲਬ ਕਿ ਮੌਤ ਦੇ ਘਾਟ ਉਤਾਰ ਦੇਣਾ ਇਸ ਗੱਲ ਦਾ ਡਰ ਹੈ ਵੀ ਕਿਤੇ ਇਹ ਜਈ ਘਟਨਾ ਹੋਰ ਨਾ ਵਾਪਰ ਜਾਵੇ ਬਾਕੀ ਅਸੀਂ ਬੋਲ ਤਾਂ ਰਹੇ ਹਾਂ ਸਾਨੂੰ ਵੀ ਇਸ ਗੱਲ ਦਾ ਡਰ ਹੈ ਹੋ ਸਕਦਾ ਮੇਰੇ ਤੇ ਕੋਈ ਮੁਕੱਦਮਾ ਪਾ ਦੇਣ ਕੱਲ ਨੂੰ ਉੱਠ ਕੇ ਵੀ ਹਾਂ ਵੀ ਤੂੰ ਐ ਬੋਲਿਆ ਸੀ ਜਾਂ ਕੋਈ ਗੱਡੀ ਦਾ ਐਕਸੀਡੈਂਟ ਕਰਵਾ ਕੇ ਮਰਵਾ ਦੇਣ ਤੋਂ ਐਕਸੀਡੈਂਟ ਕੇਸ ਬਣਾ ਦੇਣ ਜਿਹੜੇ ਆਪਣੀ ਰਾਜਨੀਤੀ ਹੈ ਤੇ ਪ੍ਰਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਹੜਾ ਸਮੇਲ ਹੀ ਐਡਾ ਟੇਡਾ ਹੋ ਗਿਆ ਵੀ ਇਹਦੇ 'ਚ ਕੁਝ ਇਨਸਾਫ ਦੀ ਜਿਹੜੀ ਹੈ ਕਿਰਨ ਜਾਗਦੀ ਨਹੀਂ ਦਿੱਖਦੀ ਸਾਨੂੰ ਹੁਣ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਹਨਾਂ ਨੂੰ ਲੈ ਕੇ ਕੀ ਮਨ ਵਿੱਚ ਹੈਗਾ ਹੈ ਕਿ ਵੀ ਕਿਉਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹਨਾਂ ਨੂੰ ਖਤਰਾ ਹੈਗਾ ਕਿਸ ਚੀਜ਼ ਦਾ ਸਾਨੂੰ ਮਹਿੰਦਰਪਾਲ ਬਿੱਟੂ ਦਾ ਦੇਖ ਕੇ ਬਾਕੀ ਜਿਹੜਾ ਕੱਲ ਦਾ ਜਿਹੜਾ ਇੱਕ ਸੀਬੀਆਈ ਵੱਲੋਂ ਤੇ ਹਾਈ ਕੋਰਟ ਵੱਲੋਂ ਜਿਸ ਚੀਜ਼ ਨੂੰ ਫਟਕਾਰ ਦਿੱਤੀ ਗਈ ਹੋਵੇ ਉਸੇ ਤੱਥਾਂ ਨੂੰ ਜਿਹੜਾ ਅਦਾਲਤ ਵੱਲੋਂ 4 ਦਿਨ ਦਾ ਰਿਮਾਂਡ ਦੇਣਾ ਆਪਦੇ ਆਪ 'ਚ ਪ੍ਰਸ਼ਨਚਨ ਲਾਉਂਦਾ ਹੈ ਅਸੀਂ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਗੱਲ ਕੀਤੀ ਪਹਿਲਾਂ ਤਾਂ ਇਹ ਹੈ ਵੀ ਸਾਨੂੰ ਮੀਡੀਆ ਤੇ ਪ੍ਰੋਸਾ ਹੋਇਆ ਵੀ ਮੀਡੀਆ ਜਿਹੜੀ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਵੇ ਸ਼ਾਇਦ ਕੋਈ ਮਾਲਕ ਦਾ ਪਿਆਰਾ ਕੋਈ ਇਹੋ ਜਿਹਾ ਮਨੁੱਖ ਜਾਂ ਕੋਈ ਅਫੀਸਰ ਦੇ ਕੇ ਦਿਮਾਗ 'ਚ ਗੱਲ ਆ ਜਾਵੇ ਕੋਈ ਸਾਡੀ ਮਦਦ ਕਰ ਦੇਵੇ ਵਰਨਾ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਜਿਹੜਾ ਹੈ ਆਪਣਾ ਜੋ ਵੀ ਕਹਿ ਲੋ ਵੀ ਜਿਹੜਾ ਇਸ ਟਾਈਮ ਰਾਜਨੀਤੀ ਇੰਨੀ ਭਾਰੂ ਹੋ ਚੁੱਕੀ ਹੈ ਸਿਸਟਮ ਤੇ ਕਿ ਇਨਸਾਫ ਨਾਂ ਦੀ ਕੋਈ ਚੀਜ਼ ਦਿਸਦੀ ਨਹੀਂ ਰਾਜਨੀਤੀ ਦੀ ਰੂਲਮੈਂਟ ਕਿਵੇਂ ਮੰਨਦੇ ਹੋ ਇਸ ਮਾਮਲੇ ਵਿੱਚ ਰਾਜਨੀਤੀ ਦਾ ਜੀ ਟੋਟਲੀ ਡੈਮੇਜ ਹੈ ਰਾਜਨੀਤੀ ਹੈ ਜਿਹੜੀ ਸਾਰੇ ਜਿਹੜੇ ਪ੍ਰਸ਼ਾਸਨਿਕ ਪ੍ਰਸ਼ਾਸਨ ਨੂੰ ਆ ਜਿਹੜਾ ਆਪਦੇ ਢੰਗ ਨਾਲ ਮੋੜ ਕਰਦੀ ਹੈ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਅਕਾਲੀ ਦਲ ਦਾ ਸਾਥ ਦਿੱਤਾ ਸੀ ਤਾਂ ਕਰਕੇ ਤੁਹਾਨੂੰ ਇਹ ਨਤੀਜੇ ਭੁਗਤਨੇ ਪੈ ਰਹੇ ਨੇ ਬਿਲਕੁਲ ਜੀ ਬਿਲਕੁਲ ਉਸ ਸਮੇਂ ਕਿਉਂਕਿ ਸਾਨੂੰ ਜਿਹੜਾ ਹੈ ਸਾਡੇ ਹਿਸਾਬ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਸ਼ਰਤਾਂ ਸਾਡੀਆਂ ਨੂੰ ਕਬੂਲਿਆ ਸੀ ਵੀ ਅਸੀਂ ਜਿਹੜਾ ਸਾਡੀ ਸਰਕਾਰ ਆਉਂ ਅਸੀਂ ਮਾਸ ਸ਼ਰਾਬ ਇਹਨਾਂ ਚੀਜ਼ਾਂ ਤੇ ਪਾਬੰਦੀ ਲਾਵਾਂਗੇ ਬੁਰਾਈ ਨੂੰ ਖਤਮ ਕਰਾਂਗੇ ਤੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਵਿੱਚ ਦਿੱਤਾ ਜਿਸ ਦੀ ਵਜ੍ਹਾ ਨਾਲ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਤੇ ਉਹ ਚਲੋ ਜੋ ਵੀ ਹੋਇਆ ਉਹਨਾਂ ਦਾ ਹਾਰਨਾ ਤੇ ਵਿਰੋਧੀ ਤਰ੍ਹਾਂ ਦਾ ਜਿੱਤਣਾ ਤੇ ਉਹ ਉਹਨਾਂ ਨੇ ਵਜਾਏ ਇਸ ਦਾ ਗੱਲ ਦੇ ਵੀ ਅਸੀਂ ਜਿੱਤੇ 10 ਸਾਲ ਬਾਅਦ ਸੱਤਾ ਚ ਆਏ ਆ ਵੀ ਕੋਈ ਸਮਾਜ ਭਲਾਈ ਦੇ ਕੰਮ ਕਰੀਏ ਵੀ ਆਉਣ ਵਾਲੇ ਸਮੇਂ ਚ ਮਿਹਨਤ ਨਾ ਕਰਨੀ ਪਵੇ ਉਲਟਾ 5 ਸਾਲ ਤੋਂ ਸਾਨੂੰ ਹੀ ਟਾਰਗੇਟ ਬਣਾ ਲਿਆ ਲਗਾਤਾਰ ਕੋਈ ਕਿਸੇ ਨੂੰ ਜੋ ਉਹਨਾਂ ਦੇ ਮੁੱਦੇ ਸੀ ਤੁਸੀਂ ਦੇਖ ਲਓ ਅੱਜ ਮੀਡੀਆ 'ਚ ਉਹ ਟ੍ਰਾਇਲ ਚੱਲਦੇ ਆ ਮੁੱਦਿਆਂ ਤੇ ਕੋਈ ਗੱਲ ਨਹੀਂ ਸਿਰਫ ਇੱਕੋ ਹੀ ਗੱਲ ਇੱਕੋ ਹੀ ਗੱਲ ਲੋਕਾਂ ਦੀ ਅਸਲੀਅਤ ਜਿਹੜੀ ਜੀਵਨ ਹੈ ਜੀਵਨ ਤਾਂ ਅੱਜ ਇੰਨਾ ਬੇੜਾਗਰ ਹੋ ਗਿਆ ਵੇਖੋ ਕਿੰਨੀ ਬੇਰੁਜ਼ਗਾਰੀ ਕਿੰਨਾ ਬੁਰਾ ਹਾਲ ਉਸ ਪਾਸੇ ਕੋਈ ਧਿਆਨ ਨਹੀਂ ਧਿਆਨ ਤਾਂ ਸਿਰਫ ਇੱਕੋ ਹੀ ਗੱਲ ਵਾਲpasse ਵੀ ਡੇਹਰਾ ਪ੍ਰੇਮੀਆਂ ਨੂੰ ਕਿਵੇਂ ਨਾ ਕਿਵੇਂ ਇੱਕ ਮਿਸ਼ਨ ਨੂੰ ਜਿਹੜਾ ਹੈ ਇਹਨਾਂ ਨੂੰ ਨੇਸ ਤੋਂ ਨਬੂਤ ਕਰਦਾ ਜਾਵੇ ਖਲਾਰ ਦਿੱਤਾ ਜਾਵੇ ਕਿਉਂ 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 ਉਹਨਾਂ ਦੇ ਮਨ ਵਿੱਚ ਕਿਉਂ ਹੋ ਗਈ ਇਹ ਗੱਲ ਕਿ ਇਹਨਾਂ ਨੂੰ ਖਲਾਰਿਆ ਜਾਵੇ ਇਹਦਾ ਕਾਰਨ ਇਹ ਹੈ ਬਾਈ ਜੀ ਵੀ ਜਿਹੜਾ ਅੱਜ ਇਹ ਰਾਜਨੀਤਿਕ ਲੋਕ ਚਾਹੁੰਦੇ ਹੀ ਨਹੀਂ ਵੀ ਚੰਗੇ ਲੋਕਾਂ ਦਾ ਸਮੂਹ ਜਿਹੜਾ ਇਹ ਸੰਗਠਨ ਜਿਹੜਾ ਕਾਇਮ ਹੋਵੇ ਕਿਉਂਕਿ ਜੇ ਕੋਈ ਬੰਦਾ ਨਸ਼ਾ ਛੱਡੂਗਾ ਬੁਰਾਈ ਛੱਡੂਗਾ ਉਹ ਅਵੇਅਰ ਹੋਊਗਾ ਤਾਂ ਅਵੇਅਰਨੈਸ ਜਿਹੜੀ ਇਹਨਾਂ ਵਾਸਤੇ ਮਾੜੀ ਹੈ ਇਹ ਨਹੀਂ ਚਾਹੁੰਦੇ ਵੀ ਸਾਨੂੰ ਬੰਦਾ ਕੋਈ ਸਵਾਲ ਕਰੇ ਉੱਠ ਕੇ ਖੜਾ ਕਿਸ ਤਰੀਕੇ ਦੀ ਮੰਗ ਕਰਦੇ ਹੋ ਸਰਕਾਰ ਜਿਹੜੀ ਨਿਆਂਇਕ ਪ੍ਰਣਾਲੀ ਹੈ ਉਹ ਕਿਤੇ ਨਾ ਕਿਤੇ ਉਹ ਵੀ ਡੈਮੇਜ ਹੋ ਜਾਂਦੀ ਹੈ ਕਿਉਂਕਿ ਜਦੋਂ ਰਾਜਨੀਤਿਕ ਪ੍ਰਭਾਵ ਇਹ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜੋ ਲਿਖਤਾ ਨਿਆਂਇਕ ਪ੍ਰਣਾਲੀ ਨੂੰ ਦੇ ਦਿੰਦੇ ਆ ਉਹਨਾਂ ਨੇ ਤਾਂ ਕਾਗਜ਼ਾਂ ਮੁਤਾਬਕ ਹੀ ਫੈਸਲੇ ਕਰਨੇ ਆ ਅਸੀਂ ਤਾਂ ਇਹ ਚਾਹੁੰਦੇ ਆ ਵੀ ਨਾ ਨਿਆਂਇਕ ਪ੍ਰਣਾਲੀ ਹੈ ਜਿਹੜੀ ਇਹ ਤੱਕ ਇੱਕ ਮੁਨਸੀ ਤੱਕ ਨਿਗਰੱਖੇ ਵੀ ਉਹ ਕੀ ਉਹਦੀ ਕੀ ਕਾਰਗੁਜ਼ਾਰੀ ਹੈ ਕੀ ਉਹ ਸਹੀ ਤੱਥਾਂ ਨੂੰ ਦਰਜ ਵੀ ਕਰਦਾ ਹੈ ਕਿਉਂ ਸਹੀ ਬੰਦੇ ਦੀ ਸੁਣਵਾਈ ਵੀ ਕਰਦਾ ਅਸੀਂ ਇਹ ਚਾਹੁੰਦੇ ਹਾਂ ਵੀ ਟੋਟਲੀ ਇਹ ਜਿਹੜਾ ਸਿਸਟਮ ਡੈਮੇਜ ਹੋ ਚੁੱਕਿਆ ਹੈ ਇਹਨੂੰ ਸੁਧਾਰਿਆ ਜਾਵੇ ਕੋਈ ਇਹ ਇਹ ਜਾਇ ਨਾ ਹੋ ਜਾਵੇ ਬੇ ਇਨਸਾ ਕੋਈ ਅਜਾ ਕੋ ਜਿਹਨੇ ਦੋ ਜੁਰਮ ਕਰੇ ਜ਼ਿੰਦਗੀ ਚ ਕੀਤਾ ਹੀ ਨਹੀਂ ਉਹ ਫਾਇ ਲੱਗ ਜੇ ਤੇ ਦੋਸ਼ੀ ਜਿਹੜੇ ਉਹ ਛੁੱਟ ਜਾਣ ਬਿਲਕੁਲ ਟੋਡੇ ਘਰ ਵਿੱਚ ਕਿਸ ਨੂੰ ਗ੍ਰਿਫਤਾਰ ਕੀਤਾ ਮੇਰੇ ਪਾਪਾ ਨੂੰ ਪਹਿਲੇ ਵੀ ਗ੍ਰਿਫਤਾਰੀ ਹੋਈ ਉਹਨਾਂ ਦੀ ਹਾਂਜੀ ਪਹਿਲਾਂ ਵੀ ਇਹਨਾਂ ਨੂੰ ਦੋ ਵਾਰੀ ਗ੍ਰਿਫਤਾਰ ਕੀਤਾ ਹੋਇਆ ਉਹਨਾਂ ਨੂੰ ਹੁਣ ਜਦੋਂ ਗ੍ਰਿਫਤਾਰੀ ਹੋਈ ਹੈ ਉਸ ਵਕਤ ਤੁਹਾਡੇ ਘਰ ਦੇ ਤੁਹਾਡੇ ਫਾਦਰ ਸਾਹਿਬ ਕੀ ਕੁਝ ਕਰ ਰਹੇ ਸੀ ਕਿ ਕਿਸ ਕੀ ਕੰਡੀਸ਼ਨ ਸੀ ਘਰ ਵਿੱਚ ਉਹਨਾਂ ਦੀ ਤਬੀਅਤ ਖਰਾਬ ਸੀ ਬਿਮਾਰ ਹੋਈ ਸੀ ਉਹ ਡ੍ਰਿਪ ਲੱਗੀ ਹੋਈ ਸੀ ਉਹਨਾਂ ਦੀ ਔਰ ਜਦੋਂ ਪਹਿਲਾਂ ਲੈ ਕੇ ਗਏ ਆ ਉਦੋਂ ਸਵੇਰ 4 ਵਜੇ ਲੈ ਕੇ ਗਏ ਆ ਔਰ ਸਾਨੂੰ ਦੱਸ ਦੇ ਨਹੀਂ ਕਿ ਕਿੱਥੇ ਲੈ ਕੇ ਚੱਲੇ ਆ ਕਿੱਥੇ ਨਹੀਂ ਲੈ ਕੇ ਚੱਲੇ ਔਰ ਉਹਨਾਂ ਨੇ ਐਤ ਕੀ ਵੀ ਨਹੀਂ ਦੱਸਿਆ ਕਿ ਕਿੱਥੇ ਲੈ ਕੇ ਚੱਲੇ ਆ ਤੇ ਕਿੱਥੇ ਨਹੀਂ ਔਰ ਰਿਮਾਂਡ ਲੈ ਲੰਦਿਆ ਪਤਾ ਨਹੀਂ ਸਾਨੂੰ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਕਿ ਪਤਾ ਨਹੀਂ ਤਾਂ ਸਾੜਨਾ ਕਰ ਰਹੇ ਆ ਵੀ ਅਸੀਂ ਲੋਕਾਂ ਦਾ ਭਲਾ ਕਰਦੇ ਆ ਬਹੁਤ ਵੱਡੇ ਇਲਜ਼ਾਮ ਨੇ ਉਹਨਾਂ ਦੇ ਬੇਅਦਬੀ ਤੱਕ ਦੇ ਇਲਜ਼ਾਮ ਲੱਗੇ ਹੋਏ ਨੇ ਸਾਰੇ ਝੂਠੇ ਆ ਕੋਈ ਉਹਨਾਂ ਕੋਲੇ ਪ੍ਰੂਫ ਹੋਵੇ ਕਰਦੇ ਨੇ ਪ੍ਰੂਫ ਵੀ ਇਹ ਗਲਤ ਕੁੱਟ ਕੇ ਤਾਂ ਕਿਸੇ ਨੂੰ ਵੀ ਮਨਾ ਲਓ ਕਿਸੇ ਨੂੰ ਵੀ ਮਨਾ ਸਕਦੇ ਹੋ ਕੁੱਟ ਕੇਓ ਕੀ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਪਰਚੇ ਰੱਦ ਹੋਣੇ ਚਾਹੀਦੇ ਉਹਨਾਂ ਦੇ ਤੁਹਾਡਾ ਕੀ ਨਾਮ ਹੈ ਜੀ ਸਿਮਰਨ ਜੀ ਤੁਹਾਡੇ ਕਰੋ ਕਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੇਰੇ ਹਸਬੰਦ ਪ੍ਰਦੀਪ ਸਿੰਘ ਨੂੰ ਕੀ ਲੱਗਦਾ ਹੈ ਇਸ ਪੂਰੇ ਮਾਮਲੇ ਵਿੱਚ ਪਹਿਲੇ ਵੀ ਗ੍ਰਿਫਤਾਰੀਆਂ ਹੋਈਆਂ ਨੇ ਕੁਝ ਉਮੀਦ ਨਜ਼ਰ ਆ ਰਹੀ ਹੈ ਵੀ ਤੁਹਾਡੇ ਤੁਹਾਡੇ ਹੱਕ ਦੀ ਗੱਲ ਹੋਵੇ ਕਿਤੇ ਨਹੀਂ ਕੋਈ ਉਮੀਦ ਨਹੀਂ ਸਾਨੂੰ ਨਜ਼ਰ ਆ ਰਹੀ ਇਸ ਕਰਕੇ ਅਸੀਂ ਉੱਠੇ ਸਾਨੂੰ ਡਰ ਲੱਗਦਾ ਮੀਡੀਆ ਦੇ ਵਿੱਚ ਵਾਰ-ਵਾਰ ਨਿਊਜ਼ ਆ ਰਹੀ ਹੈ ਕੱਲ ਤਾਂ 6 ਆਦਮੀਆਂ ਨੂੰ ਬੇਅਦਬੀ ਦੇ ਵਿੱਚ ਗ੍ਰਿਫਤਾਰ ਕੀਤਾ ਬੇਅਦਬੀ ਇੱਕ ਛੋਟਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਲਜ਼ਾਮ ਲੱਗਣਾ ਸਹਿਣਾ ਕੋਈ ਛੋਟੀ ਗੱਲ ਨਹੀਂ ਸਾਡੇ ਛੋਟੇ-ਛੋਟੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਉਹ ਬੱਚੇ ਜਦੋਂ ਇਸ ਗੱਲ ਨੂੰ ਸੁਣਦੇ ਆ ਉਹਨਾਂ ਦੀ ਕੀ ਉਹਨਾਂ ਦਾ ਦਿਮਾਗੀ ਕੀ ਹੁੰਦਾ ਬੱਚਿਆਂ ਦਾ ਹਾਲ ਬੱਚਿਆਂ ਨਾਲ ਜਾ ਕੇ ਦੇਖੋ ਛੋਟੇ ਛੋਟੇ ਬੱਚੇ ਜਦੋਂ ਵਾਰ-ਵਾਰ ਉਹਨਾਂ ਨੂੰ ਇਹ ਗੱਲ ਸੁਣਨੀ ਜਿਹੜੇ ਉਹਨਾਂ ਦੇ ਪਾਪਾ ਨੇ ਕਦੇ ਉਹਨਾਂ ਨਾਲ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਉਹ ਐਵੇਂ ਦਾ ਕੰਮ ਕਰ ਸਕਦੇ ਆ ਅਸੀਂ ਇਸ ਚੀਜ਼ ਤੋਂ ਐਸੀ ਇਹੋ ਜੀ ਜ਼ਿੰਦਗੀ ਜਿਉ ਨਹੀਂ ਸਕਦੇ ਸਾਨੂੰ ਜੇ ਸਾਡੇ ਤੇ ਇਲਜ਼ਾਮ ਲਾਉਣੇ ਆ ਸਾਨੂੰ ਨਾਲ ਫਾਹੇ ਲਾ ਦੇਣ ਜੇ ਇਨਸਾਫ ਮਿਲਦਾ ਤਾਂ ਲੋਕ ਤੁਹਾਡੇ ਕਿਹਨਾਂ ਬੱਚੇ ਰਾਜਰਣੀ ਜੀ ਮੇਰੇ ਨਾਲ ਤੁਹਾਡੇ ਘਰੋਂ ਕੌਣ ਗ੍ਰਿਫਤਾਰ ਬੇਟਾ ਜੀ ਸੁਖਜਿੰਦਰ ਸਿੰਘ ਸੈਨਿਕ ਹਾਂਜੀ ਹਾਂਜੀ ਬਸ ਅਸੀਂ ਤਾਂ ਇਹੀ ਇਨਸਾਫ ਮੰਗਦੇ ਆ ਜੀ ਸਾਡੇ ਨਾਂ ਨਜ਼ਾਇਜ਼ ਧੱਕਾ ਹੋਇਆ ਜਿਹੜਾ ਸਾਡੇ ਨਾਲ ਨਜਾਇਜ਼ ਧੰਨਵਾਰੀ ਤੀਜੀ ਵਾਰੀ ਹੁਣ ਲੈ ਕੇ ਗਏ ਆ ਤੇ ਸਾਡੇ ਨਾਲ ਤਾਂ ਇਹੀ ਕਹਿੰਦੇ ਆ ਵੀ ਇਸ ਤਾਂ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਇਹ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਨੇ ਸਾਡੇ ਨਾਲ ਧੱਕਾ ਬਹੁਤ ਜ਼ਿਆਦਾ ਹੋ ਰਿਹਾ ਹੈ ਨਜਾਇਜ਼ ਸਾਨੂੰ ਉਹ ਕਰ ਰੱਖਿਆ ਤੁਹਾਡਾ ਕੀ ਨਾ ਬਤਾਜੀ ਕਿਲੇਵਿੰਦਰ ਕੌਰ ਜੀ ਤੁਹਾਡੇ ਕਰੋ ਕਿੰਨੇ ਦੀ ਗ੍ਰਿਫਤਾਰੀ ਬਾਈ ਜੀ ਬਲਜੀਤ ਸਿੰਘ ਜੀ ਮਾਤਾ ਕਰ ਹਾਂ ਜੀ ਵੀਰ ਜੀ ਸੰਤ ਇਹ ਹੀ ਮੰਗ ਆ ਸਾਡੇ ਤਾਂ ਵੀ ਸਾਨੂੰ ਸਾਫ ਮਿਲਣਾ ਚਾਹੀਦਾ ਸਾਡੇ ਨਾਲ ਧੱਕਾ ਨਾ ਕਰਨ ਵੀ ਸਾਡੇ ਬੱਚਿਆਂ ਨੂੰ ਕੀ ਪਤਾ ਕੀ ਕੁਛ ਕਰਨਗੇ ਕੀ ਕੁਛ ਨਾ ਕਰਨਗੇ ਮਸਾਂ ਬੇਟੇ ਲੈ ਆ ਜੀ ਆਪਸ ਅਸੀਂ ਨਹੀਂ ਵੇਖ ਸਕਦੇ ਤੁਹਾਡਾ ਕੀ ਨਾਮ ਹੈ ਗੁਰਚਰਨ ਕੌਰ ਹੈ ਤੁਹਾਡੇ ਤੁਹਾਡੇ ਕੋਲ ਕਿਸ ਦੀ ਗ੍ਰਿਫਤਾਰੀ ਹੋਈ ਹੈ ਮੇਰਾ ਬੇਟਾ ਸ਼ਕਤੀ ਸਿੰਘ ਤੁਹਾਡੇ ਤੇ ਬੜੇ ਵੱਡੇ ਇਲਜ਼ਾਮ ਲੱਗੇ ਹੋਏ ਨੇ ਕਿ ਇਹ ਵੀ ਤੁਹਾਡੇ ਕੋ ਰਜਿਸਟਰ ਕੇ ਪਹਿਲੇ ਕਾਰਵਾਈ ਇਹ ਕਹਿੰਦੇ ਸੀ ਕਿ ਟਾਇਲਟਸ ਤੱਕ ਪੱਟੀਆਂ ਗਈਆਂ ਕਰਾਵੇ ਕੋਦੋਂ ਕੋਈ ਕੁਝ ਕੁਝ ਮਿਲਿਆ ਸੀ ਉਤੋਂ ਮੇਲਾ ਬੇਟੇ ਕੀ ਸੀ ਸਾਡੇ ਘਰੇ ਤਾਂ ਸੂਈ ਵੀ ਨਹੀਂ ਕਿਸੇ ਨੇ ਲਾਈ ਇਹ ਸਭ ਗਲਤ ਫਲੂਜ ਦੀਆਂ ਗੱਲਾਂ ਨੇਟਾਂ ਤੇ ਪਾ ਦਿੰਦੇ ਆ ਵੀ ਚਲ ਉਡਾ ਦਿਓ ਗੱਲਾਂ ਨੂੰ ਇਹ ਕਿਸੇ ਨੇ ਕਿਹੜਾ ਵੇਖਣਾ ਵੀ ਜਾਂ ਇਹ ਮਰਨਗੇ ਜਾਂ ਜਿਉਣਗੇ ਇਹ ਕਿਨਾਂ ਨੇ ਇਹ ਸੋਚ ਲਿਆ ਵੀ ਚਲ ਸਾਡਾ ਕਿਹੜਾ ਜੋਰ ਲੱਗਦਾ ਨਿੱਟਾਂ ਤੇ ਪਾ ਦੋ ਖਟੜਾ ਸਾਹਿਬ ਨੇ ਆਪ ਬਿਆਨ ਦਿੱਤੇ ਆ ਉਹ ਆਂਦੇ ਵੀ ਅਸੀਂ ਸ਼ਕਤੀ ਦੇ ਘਰੇ ਇੱਕ ਬਾਹਰੀ ਗੱਲ ਤਾਂ ਕਿ ਸੂਈ ਵੀ ਨਹੀਂ ਥੱਲੇ ਲਾਈ ਤੇ ਨਾ ਕੋਈ ਪੱਟਿਆ ਨਾ ਠੱਡਿਆ ਜਿਵੇਂ ਦਾ ਸੀਗਾ ਓਵੇਂ ਦਾ ਅਸੀਂ ਤਾਂ ਉਦੋਂ ਜਿੱਦੇ ਪੱਤਰਕਾਰ ਆਏ ਪਰ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਸੀ ਅਸੀਂ ਕੀ ਸੋਚਿਆ ਸਾਨੂੰ ਕੀ ਪਤਾ ਵੀ ਇਹੋ ਜਿਹੇ ਇਲਜ਼ਾਮ ਲੱਗੇ ਪਏ ਸਾਡੇ ਤੇ ਜਿਹਦੇ ਘਰੇ ਆਏ ਜਦੋਂ ਪੱਤਰਕਾਰਾਂ ਨੇ ਆਖਿਆ ਉਹਦੇ ਡੈਡੀ ਨੇ ਆਖਿਆ ਵੀ ਜੇ ਮੇਰਾ ਬੇਟਾ ਇਹ ਜਿਆ ਕੰਮ ਕਰਦਾ ਮੈਂ ਸਾਰਿਆਂ ਦੇ ਸਾਹਮਣੇ ਆਪ ਗੋਲੀ ਮਾਰੂੰ ਅੱਛਾ ਉਹਦੇ ਬੱਚੇ ਆ ਕੀ ਗੱਲ ਅਸੀਂ ਗਰੀਬ ਆ ਅਸੀਂ ਕਿਹੜੇ ਤਗੜੇ ਲੋਕ ਆ ਵੀ ਸਾਡੀਆਂ ਆਮਦਨੀਆਂ ਕਰਨੀ ਤਾਂ ਦਿਹਾੜੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਐਨਾ ਨੁਕਸਾਨ ਕਰਕੇ ਉਹਦਾ ਤੇ ਦੱਸ ਅਸੀਂ ਜਾਵਾਂਗੇ ਕਿੱਥੇ ਹੈ ਉਹਨੇ ਆਪਦੇ ਬੱਚੇ ਨਹੀਂ ਪਾੜ ਲਨੇ ਸੀ ਇਹ ਝੂਠੇ ਇਲਜ਼ਾਮ ਆ ਨਾ ਜਿਹੜੇ ਪਰ ਮੇਰੀ ਪਰਮਾਤਮਾ ਮੂਰੇ ਹੀ ਫਰਿਆਦਾ ਵੀ ਮਾਲਕ ਜਰੂਰ ਸਚਾਈ ਨੂੰ ਮੂਰੇ ਲਿਆਵੇ ਸੱਚ ਨੂੰ ਲਿਆਵੇ ਜਿਹੜੇ ਅਸਲੀ ਦੋਸ਼ੀ ਹੋ ਫੜੇ ਜਾਣ ਤੇ ਸਾਡੇ ਬੱਚੇ ਨਿਰਦੋਸ਼ ਆ ਤੇ ਇਹਨਾਂ ਨੂੰ ਛੱਡਿਆ ਜਾਵੇ ਬਿਲਕੁਲ ਤਾਂ ਇਹ ਸ਼ਕਤੀਸਕ ਦੇ ਮਤਾ ਸੀਗੇ ਤਮਾਮ ਤਾਂ ਸਾਰੀ ਗੱਲਾਂ ਇਹਨਾਂ ਨੇ ਇਹੀ ਗੱਲ ਅੰਤ ਵਿੱਚ ਕਹੀ ਹੈ ਕਿ ਜੋ ਵੀ ਅਸਲ aaropi ਨੇ ਉਹ ਸਾਹਮਣੇ ਆਣਾ ਚਾਹੀਦੇ ਉਹਨਾਂ ਬਾਰੇ ਪਤਾ ਲੱਗਣਾ ਚਾਹੀਦਾ ਅਤੇ ਜੋ ਨਿਰਦੋਸ਼ ਲੋਕ ਨੇ ਇਹ ਦੱਸ ਰਹੇ ਨੇ ਕਿ ਗਲਤ ਫਸਾਇਆ ਗਿਆ ਹੈ ਇਨਸਾਫ ਦੀ ਮੰਗਵੇਂ ਵਾਲੋ ਕੀਤੇ ਜਾ ਰਿਹਾ ਫਿਲਹਾਲ ਦੇਖਦੇ ਕਿ ਅਦਾਲਤ ਦੀ ਪ੍ਰਕਿਰਿਆ ਜੋ ਲਗਾਤਾਰ ਚੱਲ ਰਹੀ ਹੈ 4 ਦਿਨ ਦਾ ਰਿਮਾਂਡ ਪੁਲਿਸ ਨੂੰ ਹਾਸਲ ਹੋਇਆ 4 ਦਿਨਾਂ ਦਾ ਮੁਰਤੋ ਅਦਾਲਤ ਵਿੱਚ ਪੇਸ਼ੀ ਹੋਵੇਗੀ ਦੇਖਦੇ ਹਾਂ ਉਸ ਦੌਰਾਨ ਕਿ ਕੁਝ ਤੱਥ ਨਿਕਲ ਕੇ ਸਾਹਮਣੇ ਆਣਗੇ ਫਰੀਦਕੋਟ ਤੋਂ ਕੈਮਰਾ ਬਸਰ ਮਰਪੀ ਦੇ ਨਾਲ ਸੂਰੇਜ ਪ੍ਰਕਾਸ਼ ਦੈਨਿਕ ਸੂਰਿਆ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8434949647 8434949648 पंडित राधे शर्मा चमत्कार होंगे अपनी अखा के सामने चौवी घंटे पाओ हर परेशानी का हाल मुसलमानीकरणी झगड़ा तो तो विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उजा होगा हर गल सौ फीसदी गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं देवगा मोबाइल अठानवे सात सौ अठाठ जीरो 8558838617